फिलौर के महला संतोखपुर के रहने वाली जसप्रीत ने अपने सहुरा परिवार से लाई जानू मारने के दोष जो दस दिए कि फिलौर के महला संतोखपुर के रहने वाली जसप्रीत ने अपने सहुरा परिवार के पति चंदन से कई जानू मारने के दोष लगाए हैं। फिलौर के रोड़ा हॉस्पिटल जेरे इलाज जसप्रीत ने जानकारी देते हुए दसाया कि उसका सहुरा परिवार और उसका पति उसनों हर रोज तंग परेशान करता है तो अज उन्होंने हद ही पार करती जो उसने जहरीली चीज पिलाने की कोशिश की तो उसने अपनी जान बचाने लिए घरों बाहर भजी और महला वासियों ने उसकी जान बचाई और उसनों फिलौर के रोड़ा हॉस्पिटल विखे इलाज लिए दाखिल पाया जिथे उसके पेके परिवार को सूचित किया गया। उसके पिता भुपिंदर ने जानकारी देते हुए दसाया कि उसकी लड़की जसप्रीत कौर फिलौर के महला संदोखरा विखे ब्याई हुई है जिसते उसके सहुरा परिवार काफ़ी तशद्दुद करता है और उसका पति भी नशे का आदी है। उन्होंने कहा कि हर रोज़ उसका कुटमार होती है तो अज उसकी लड़की नूं मार देने की कोशिश की है जिसनों कोई जहरीला पदार्थ पाया गया है जो कि फिलौर के रोड़ा हॉस्पिटल के जिरे इलाज है। उसने प्रशासन को मांग की है कि उसनों इंसाफ दवाया जाए। एबी न्यूज़ पंजाबी लिए फिलौर तो सुरिंदर सिंह प्रापाल की विशेष रिपोर्ट। की नाम जी तुहाडा? किथे दे तुसीं रहण वाले हो? की तुहाडा जिहड़ा अज तुहाडे नाल होया तुसीं इत्थे हॉस्पिटल दाखल की होया की सीगा? की नाम तुहाडे हसबैंड दा? ओके ते तुसी की पुलिस प्रशासन कोलो की मांग करदे हो? ਤੁਹਾਡੇ ਨਾਲ ਜਿਹੜੀ ਕੁੱਟਮਾਰ ਕਰਦੇ ਕਿਹੜੀ ਗੱਲੋਂ ਕਰਦੇ? ਬਸ ਇਸ ਗੱਲ ਤੋਂ ਕਿ ਮੈਂ ਇਹ ਕਿਸੇ ਨੂੰ ਪੁੱਛ ਗਿਆ ਨਹੀਂ ਕਰਦੀ, ਮੈਂ ਪਿੱਛੋਂ ਕੁਛ ਨਹੀਂ ਲੈ ਕੇ ਆਈ, ਮੈਂ ਦੱਸਦੇ ਨੂੰ ਵੀ ਮਾਰ ਮਾਰਦੇ ਕੁੱਟਦੇ। ਠੀਕ ਆ। ਕੀ ਨਾਮ ਅੰਕਲ ਜੀ ਤੁਹਾਡਾ? ਮੇਰਾ ਨਾਮ ਜੀ ਭੁਪਿੰਦਰ ਸਿੰਘ ਹੈ ਜੀ। ਕਿੱਥੇ ਦੇ ਤੁਸੀਂ ਰਹਿਣ ਵਾਲੇ ਹੋ? ਮੇਰਾ ਪਿੰਡ ਚਾਲ ਕਲਾਂ ਹੈ। ਅੱਛਾ ਜੀ। ਅੱਜ ਤੁਸੀਂ ਇੱਥੇ ਫਲੋਰ ਰੋੜਾ ਹਸਪੀਟਲ ਦੇ ਬਾਹਰ ਖੜੇ ਹੋ। ਸਰ ਕੀ ਵਾਕਿਆ ਕੀ ਘਟਨਾ ਤੁਹਾਡੇ ਨਾਲ ਹੋਈ ਆ ਜ਼ਰਾ ਦੱਸਿਓ। ਵਾਕਿਆ ਜਿੱਦਾਂ ਇਹ ਨਹੀਂ ਮੇਰੀ ਕੁੜੀ ਨੂੰ ਇੰਨੀ ਜ਼ਹਿਰ ਪੜਾ ਸੀ। ਕੀ ਨਾਮ ਤੁਹਾਡੀ ਕੁੜੀ ਦਾ? ਜਸਪ੍ਰੀਤ। ਅੱਛਾ ਜੀ। ਪਹਿਲਾਂ ਤਾਂ ਰਾਤੀ ਬਹੁਤ ਕੁੱਟਿਆ ਉਹਨੂੰ ਜੀ। ਉਹਦਾ ਫੋਨ ਵੀ ਬੰਦ ਕਰਤਾ ਵੀ ਕਿਸੇ ਨੂੰ ਫੋਨ ਨਾ ਕਰ ਦੇਵੇ ਜੀ। ਗੇਟਾਂ ਦਾ ਜਿੰਦਾ ਲਾਤਾ ਇਹਨੇ, ਸਾਰੇ ਜਦੋਂ ਨੇ ਰਲ ਕੇ ਚੌਹਾਂ ਜਾਣੇ ਨੇ, ਬਹੁਤ ਕੁੱਟਿਆ ਕੁੜੀ ਨੂੰ ਜੀ। ਫਿਰ ਸਵੇਰੇ ਉੱਠ ਕੇ ਫਿਰ ਕੁੜੀ ਨੂੰ ਸਾਨੂੰ ਫੋਨ ਕਰਨਾ ਚਾਹੁੰਦੀ ਸੀ ਜੀ। ਉਹ ਕੋਠੇ 'ਤੇ ਚਲ ਗਈ ਜੀ। ਪਰਾਹੁਣੇ ਨੇ ਵਾਲਾਂ ਤੋਂ ਫੜ ਕੇ ਜੀ ਘੜੀਸ ਦੀ ਲਿਆਇਆ ਪੌੜੀਆਂ ਦੇ ਵਿੱਚ ਜੀ। ਅਤੇ ਫਿਰ ਆ ਕੇ ਇਹਨੇ ਤਿੰਨਾਂ ਚੌਹਾਂ ਜਾਣਿਆਂ ਨੇ ਫਿਰ ਕੁੱਟਿਆ ਉਹਨੂੰ ਜੀ। ਫਿਰ ਉਹਨੇ ਇੱਦਾਂ ਮੂੰਹ ਚੌੜਾ ਕਰ ਕਰਕੇ ਇਹਦੇ ਮੂੰਹ 'ਤੇ ਨਿਸ਼ਾਨ ਵੀ ਪਏ ਉਹ ਜੀ। ਇਹਨੂੰ ਉਹਦੇ ਪਤਾ ਨਹੀਂ ਕਿਹੜੀ ਜ਼ਹਿਰੀਲੀ ਦਵਾਈ ਪਾ ਦਿੱਤੀ ਉਹਦੇ ਮੂੰਹ 'ਚ ਜੀ। ਫਿਰ ਉਹ ਕੁੜੀ ਜਾਣੀ ਬਚਾ ਦੇ ਮਾਰੇ ਗੇਟ ਖੋਲ੍ਹ ਕੇ ਭੱਜ ਗਈ ਬਾਹਰ ਨੂੰ ਜੀ। ਜਦੋਂ ਫਿਰ ਲੋਕਾਂ ਨੇ ਇਕੱਠੇ ਹੋ ਕੇ ਦੇਖਿਆ ਵੀ ਕੀ ਗੱਲ ਹੋਈ ਕੀ ਗੱਲ ਹੋਈ, ਫਿਰ ਉਹਨੂੰ ਬਟਾਲ ਕੇ ਹਸਪਤਾਲ ਲੈ ਆਏ ਜੀ। ਹੁਣ ਉਹ ਸਵੇਰ ਦੇ ਆਪ ਇੱਥੇ ਨਹੀਂ ਹੈਗਾ ਜੀ। ਹਾਂਜੀ। ਅੱਜ ਤਾਂ ਕੀ ਨਾਮ ਕੁੜੀ ਵਿਆਹੀ ਕਿਹੜੇ ਪਿੰਡ ਹੈ ਜੀ? ਪਿੰਡ ਜੀ ਇੱਥੇ ਫਲੋਰੇ ਹੀ ਆ, ਧੱਕਾ ਕਲੋਨੀ ਜਿਹੜੀ ਕਹਿੰਦੇ। ਅੱਛਾ ਜੀ। ਜਿਹੜਾ ਇਹ ਉਹਦੇ ਨਾਲ ਕੁੱਟਮਾਰ ਕੀਤੀ ਉਹ ਕਿਹਦੇ ਕਿਹਦੇ ਵੱਲੋਂ ਕੀਤੀ ਗਈ ਹੈ? ਉਹਦੇ ਵੱਲੋਂ ਇੱਕ ਕੁੜੀ ਦੀ ਸੱਸ ਸੀ ਜੀ, ਇੱਕ ਰਾਤ ਨੂੰ ਸਹੁਰੇ ਨੇ ਵੀ ਨਾਲ ਕੁੱਟਿਆ ਜੀ। ਕੀ ਨਾਮ ਕੀ ਉਹਨਾਂ ਦਾ ਜੀ? ਲਾਲ ਚੰਦ ਆ ਜੀ। ਤੇ ਉਹਦਾ ਨਾਂ ਕੀ ਹੀਰੋ ਕਹਿੰਦੇ ਆ ਜੀ। ਮੁੰਡੇ ਦਾ ਕੀ ਨਾਮ ਆ ਜੀ? ਉਹਦਾ ਨਾਂ ਚੰਦਨ ਆ ਜੀ। ਇੱਕ ਕੁੜੀ ਉਹਨਾਂ ਦੀ ਇੱਥੇ ਰਹਿੰਦੀ ਆ ਜੀ, ਉਹਨਾਂ ਦੇ ਘਰੇ ਜ਼ਿਆਦਾ ਰਹਿੰਦੀ ਰਾਜੂ ਵਾਲਾ ਜੀ ਜੀ ਜੀ। ਉਹਨੇ ਜਾਣੀ ਤੇ ਜਿਹੜਾ ਹੁਣ ਤੁਸੀਂ ਇੱਥੇ ਰੋੜਾ ਹਸਪੀਟਲ ਦੇ ਬਾਹਰ ਖੜੇ ਹੋ, ਇੱਥੇ ਕੀ ਵਾਕਿਆ ਹੋਇਆ ਤੁਹਾਡੇ ਨਾਲ? ਇੱਥੇ ਜੀ ਬੰਦੇ ਇੱਥੇ ਜਾਨੀ 15-20 ਬੰਦੇ ਸਵੇਰ ਦੇ ਹੁਣ ਇਕੱਠੇ ਕਰਕੇ ਲਿਆਉਂਦੇ ਹੋ ਜੀ। ਉਹ ਕਹਿੰਦਾ ਕਿ ਵੀ ਮੈਨੂੰ ਕੋਈ ਖਿਲਾ ਨਹੀਂ ਸਕਦਾ ਜੀ, ਮੇਰੀ ਇੱਥੇ ਇੰਨੀ ਦਹਿਸ਼ਤ ਆ ਜੀ, ਕਚਹਿਰੀਆਂ ਮੇਰੇ ਨਾਨਕੇ ਆ ਜੀ, ਥਾਣੇ ਮੇਰੇ ਨਾਨਕੇ ਦਾਸਤੇ ਜੀ। ਕੀ ਮੰਗ ਕਰਦੇ ਤੁਸੀਂ ਪੁਲਿਸ ਪ੍ਰਸ਼ਾਸਨ ਕੋਲੋਂ? ਇਹ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ, ਸਾਨੂੰ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਕੱਲ ਨੂੰ ਕਿਸੇ ਹੋਰ ਕੁੜੀ ਨਾਲ ਨਾ ਦਿੰਦਾ ਕੋਈ ਕਰ ਦੋ। ਠੀਕ ਹੈ ਜੀ। ਕੀ ਨਾਮ ਅੰਕਲ ਜੀ ਆਪਣਾ? ਮੇਰਾ ਤੇ ਮੈਂ ਕੁੜੀ ਦਾ ਮਾਸੜ ਆ, ਕਰਨਜੀਤ ਸਿੰਘ ਆ। ਹਾਂਜੀ। ਕੀ ਸਾਰਾ ਮਸਲਾ ਕੀ ਹੈ ਜੀ, ਕਿਹੜੇ ਪਿੰਡ ਤੋਂ ਆ ਤੁਸੀਂ? ਅਸੀਂ ਤੇ ਫਗਵਾੜੇ ਤੋਂ ਆਏ ਆ। ਹਾਂਜੀ। ਇਹ ਜੀ ਇਹਨਾਂ ਦਾ ਕੁੜੀ ਦੇ ਪੇਕੇ ਹੈਗੇ ਚਾਲ ਚਾਲ ਅਗਲਾ। ਅੱਛਾ ਜੀ।
ਇਹਨਾਂ ਦੇ ਘਰ ਦੇ ਵਿੱਚ ਪਹਿਲਾਂ ਤੇ ਬਹੁਤ ਕੁਝ ਪਹਿਲਾਂ ਵੀ ਨਿੱਕੀਆਂ ਨਿੱਕੀਆਂ ਗੱਲਾਂ ਇਹਨਾਂ ਦੀਆਂ ਹੁੰਦੀਆਂ ਰਹੀਆਂ ਅਸੀਂ ਬਰਦਾਸ਼ਤ ਕਰਦੇ ਰਹੇ ਜੀ ਪਰ ਹੁਣ ਜੀ ਇਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਕਿ ਸਿਰਿਓਂ ਤਾਂ ਟੱਪੀਆਂ ਕਿ ਜਿਹੜੀਆਂ ਫੋਨ ਦੇ ਉੱਤੇ ਧਮਕੀਆਂ ਸਾਨੂੰ ਵੀ ਦਿੱਤੀਆਂ ਅੱਛਾ ਜੀ ਫੋਨ ਸਾਡਾ ਕੁੜੀ ਦਾ ਚੱਲਦਾ ਸੀ ਸਾਡੇ ਨਾਲ ਉਹਦੇ ਉੱਤੇ ਹੀ ਇਹਨੇ ਮੁੰਡੇ ਨੇ ਸੁਣਾ ਕੇ ਕਿਹਾ ਮੁੰਡੇ ਨੂੰ ਸੁਣਾ ਕੇ ਨਾਲ ਗੱਲ ਕਹੀ ਵੀ ਅੱਜ ਦੀ ਰਾਤ ਆ ਸਵੇਰ ਨੂੰ ਤੇਰੀ ਮੰਮੀ ਨਹੀਂ ਲੱਭਣੀ ਜੀ ਸਾਨੂੰ ਨਹੀਂ ਪਤਾ ਵੀ ਐਡੀ ਵੱਡੀ ਗੱਲ ਹੋ ਜਾਣੀ ਇਹਨਾਂ ਨੇ ਅਸੀਂ ਆਏ ਨਹੀਂ ਰਾਤ ਅਸੀਂ ਕਿਹਾ ਵੀ ਚਲੋ ਮਾੜੀ ਮੋਟੀ ਘਰ 'ਚ ਗੱਲ ਹੁੰਦੀ ਆ ਕੋਈ ਗੱਲ ਨਹੀਂ ਸਵੇਰੇ ਕੋਠੇ 'ਤੇ ਚੜ੍ਹ ਕੇ ਪਹਿਲਾਂ ਉਹਨੇ ਫੋਨ ਖੋਹ ਕੇ ਰੱਖ ਲਿਆ ਜੀ ਜੀ ਫੋਨ ਖੋਹ ਕੇ ਰੱਖ ਲਿਆ ਫਿਰ ਸਵੇਰ ਨੂੰ ਉਹਨੇ ਫਿਰ ਜਦੋਂ ਇਹ ਬੈਠੇ ਆ ਤਾਂ ਉਹਨੇ ਫੋਨ 'ਤੇ ਲਾਉਣਾ ਸੀ ਆਪਣੇ ਮਾਪਿਆਂ ਨੂੰ ਜੀ ਫੋਨ ਜਦੋਂ ਲਾਉਣ ਲੱਗੇ ਤਾਂ ਇਹਦੀ ਮਾਂ ਨੇ ਬਹੁਤ ਉੱਚੀ ਮਾੜੀਆਂ ਚੰਗੀਆਂ ਗਾਲਾਂ ਕੱਢ ਕੇ ਕਿਹਾ ਉਹ ਪੁੱਤਰੀ ਰਾਮਜਾਦੀ ਕੋਠੇ 'ਤੇ ਚੜ੍ਹ ਕੇ ਉਹ ਫੋਨ ਲਾਉਂਦੀ ਆਪਣੇ ਮਾਪਿਆਂ ਨੂੰ ਮੁੰਡੇ ਨੇ ਚੜ੍ਹ ਕੇ ਪਹਿਲਾਂ ਤਾਂ ਫੋਨ ਖੋਇਆ ਫੋਨ ਚੱਲਦੇ ਦੇ ਵਿੱਚ ਹੀ ਬਹੁਤ ਗਾਲਾਂ ਕੱਢੀਆਂ ਜੀ ਫਿਰ ਫੋਨ ਖੋਲਿਆ ਬੰਦ ਕਰਤਾ ਫਿਰ ਉੱਥੋਂ ਵਾਲੋਂ ਫੜ ਕੇ ਬਾਹੋਂ ਨਹੀਂ ਫੜਿਆ ਹੱਥੋਂ ਨਹੀਂ ਫੜਿਆ ਬਾਹੋਂ ਫੜ ਕੇ ਪੌੜੀਆਂ ਰਾਹੀਂ ਖਿੱਚ ਕੇ ਥੱਲੇ ਲਿਆਉਂਦਾ ਅੱਛਾ ਜੀ ਥੱਲੇ ਲਿਆ ਕੇ ਵੀ ਕੁੱਟਿਆ ਮਾਰਿਆ ਉਹਦੇ ਮੂੰਹ ਦੇ ਵਿੱਚ ਆਪ ਮੂੰਹ ਉਹਦੇ ਚੜ੍ਹਾਂ ਪਾੜੀਆਂ ਆਉਂਦੀਆਂ ਜੀ ਉਂਗਲਾਂ ਪਾ ਕੇ ਉਹਨੂੰ ਪਤਾ ਨਹੀਂ ਕਿਹੜੀ ਦਵਾਈ ਪਿਆਉਂਦੇ ਸੀ ਉਹਨੇ ਦਵਾਈ ਨਹੀਂ ਪੀਤੀ ਜੀ ਫਿਰ ਉਹ ਤੋਂ ਬਾਅਦ ਇਹਨਾਂ ਨੇ ਘੰਟਾ ਕੁ ਬਾਅਦ ਫਿਰ ਹਸਪਤਾਲ ਲਿਆਂਦਾ ਸਾਨੂੰ ਕਹੇ ਇਹਨਾਂ ਨੇ ਕੁੜੀ ਦਾ ਜੀ ਪੇਕਾ ਪਰਿਵਾਰ ਕਿਹੜਾ ਆ ਅਤੇ ਵਿਆਹੀ ਕਿੱਥੇ ਆ ਜੀ ਬੁਲਾਇਓ ਮੈਂ ਜੀ ਸਰ ਪਰਿਵਾਰ ਦਾ ਇਹ ਕਹਿਣਾ ਕਿ ਲੜਕੀ ਦੇ ਜਿਹੜੇ ਸਹੁਰਾ ਪਰਿਵਾਰ ਆ ਉਹਨਾਂ ਵੱਲੋਂ ਲੜਕੀ ਨਾਲ ਕੁੱਟਮਾਰ ਕੀਤੀ ਗਈ ਆ ਉਹਨੂੰ ਜ਼ਹਿਰੀਲੀ ਚੀਜ਼ ਪਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਔਰ ਜਿਹੜਾ ਹੁਣ ਮੌਕੇ 'ਤੇ ਜਿਹੜਾ ਉਹਨਾਂ ਦਾ ਜਵਾਈ ਆ ਜਾਂ ਕੁੜੀ ਦਾ ਹਸਬੈਂਡ ਆ ਉਹ ਇੱਥੇ ਮੁੰਡਿਆਂ ਨੂੰ ਲਿਆ ਕੇ ਉਹਨਾਂ ਨਾਲ ਕੁੱਟਮਾਰ ਕਰ ਰਿਹਾ ਸੀਗਾ ਹੋਸਪਿਟਲ ਦੇ ਬਾਹਰ ਕੁੱਟਮਾਰ ਨਹੀਂ ਕੋਈ ਹੋਈ ਨਾਲ ਲੈ ਕੇ ਆਇਆ ਦੱਸੇ ਪਰਿਵਾਰ ਕਹਿ ਰਿਹਾ ਵੀ ਉਹ ਨਾਲ ਹੋਰ ਬੰਦੇ ਲੈ ਕੇ ਆਇਆ ਸੀ ਪਰ ਕੁੱਟਮਾਰ ਵਾਲੀ ਨਹੀਂ ਕੋਈ ਗੱਲ ਹੋਈ ਬਾਕੀ ਜੋ ਪਰਿਵਾਰ ਦੇ ਲੜਕੀ ਬਿਆਨ ਦੇਵੇ ਕੋਈ ਮੁਤਾਬਿਕ ਜੋ ਕਾਰਨ ਜਾਵਾਂਗੇ।